ਫਿਲੌਰ ਅੰਬੇਡਕਰ ਸਰਾਂ ਦੇ ਤਹਿਸੀਲ ਪ੍ਰਧਾਨ ਦੀਪਕਰ ਸੁਪਰੀ ਦੇ ਮਾਤਾ ਜੀ ਆਸ਼ਾ ਰਾਣੀ ਅਤੇ ਉਹਨਾਂ ਦੀ ਭੈਣ ਫਿਲੌਰ ਬਾਜ਼ਾਰ ਵਿੱਚੋਂ ਕੱਪੜੇ ਦੀ ਦੁਕਾਨ ਵਿੱਚੋਂ ਕੱਪੜਾ ਖਰੀਦਣ ਲਈ ਆਈਆਂ। ਜਦੋਂ ਉਹ ਦੁਕਾਨ 'ਤੇ ਕੱਪੜਾ ਖਰੀਦ ਰਹੀਆਂ ਸਨ ਤਾਂ ਉਸੇ ਟਾਈਮ ਦੋ ਲੜਕੀਆਂ ਵੀ ਉਸੇ ਦੁਕਾਨ 'ਤੇ ਆ ਬੈਠੀਆਂ। ਥੋੜ੍ਹਾ ਸਮਾਂ ਬਾਅਦ ਉਹ ਲੜਕੀਆਂ ਉੱਥੋਂ ਚਲੇ ਗਈਆਂ ਅਤੇ ਜਾਂਦੇ ਸਮੇਂ ਆਸ਼ਾ ਰਾਣੀ ਦੇ ਬੈਗ ਵਿੱਚੋਂ ਪਰਸ ਕੱਢ ਕੇ ਲੈ ਗਈਆਂ। ਪਰਸ ਵਿੱਚ 12,000 ਰੁਪਏ, ATM ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ ਸਨ। ਆਸ਼ਾ ਰਾਣੀ ਨੂੰ ਉਸ ਵਕਤ ਪਤਾ ਚੱਲਿਆ ਜਦੋਂ ਉਹ ਆਪਣੇ ਘਰ ਫੋਨ ਕਰਨ ਲੱਗੀ ਤਾਂ ਉਸ ਦੇ ਹੋਸ਼ ਉੱਡ ਗਏ। ਪੈਸਿਆਂ ਨਾਲ ਭਰਿਆ ਹੋਇਆ ਪਰਸ ਬੈਗ ਵਿੱਚ ਨਹੀਂ ਸੀ। ਪਰਸ 'ਤੇ ਉਹ ਦੋ ਲੜਕੀਆਂ ਹੱਥ ਸਾਫ ਕਰ ਗਈਆਂ ਸਨ। ਰੌਲਾ ਪਾਉਣ 'ਤੇ ਰਿਕਸ਼ੇ 'ਤੇ ਬੈਠ ਭੱਜੀਆਂ ਜਾਂਦੀਆਂ ਚੋਰੀਆਂ ਨੂੰ ਲੋਕਾਂ ਦੀ ਮਦਦ ਨਾਲ ਫੜਿਆ ਗਿਆ। ਤਲਾਸ਼ੀ ਲੈਣ 'ਤੇ ਸਾਰਾ ਸਮਾਨ ਉਹਨਾਂ ਕੋਲੋਂ ਬਰਾਮਦ ਹੋ ਗਿਆ। ਗੁੱਸੇ ਵਿੱਚ ਆਈ ਆਸ਼ਾ ਰਾਣੀ ਨੇ ਦੋਨਾਂ ਲੜਕੀਆਂ ਦੀ ਭਰੇ ਬਾਜ਼ਾਰ ਵਿੱਚ ਕਾਫੀ ਸੇਵਾ ਕੀਤੀ ਅਤੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। AP ਨਿਊਜ਼ ਲਈ ਫਲੌਰ ਤੋਂ ਪ੍ਰਭਪਾਲ ਦੀ ਰਿਪੋਰਟ। ਗੁਲਸ਼ਨ ਦੀ ਦੁਕਾਨ 'ਤੇ ਅਸੀਂ ਆਏ ਸੀ, ਹਾਂਜੀ ਗੁਲਸ਼ਨ ਦੀ ਦੁਕਾਨ 'ਤੇ ਅਸੀਂ ਆਏ ਸੀਗੇ। ਅਸੀਂ ਸੂਟ ਵਗੈਰਾ ਦੇ ਦੇਗਾ ਸੀ, ਅੱਜ ਮੇਰੀ ਕੁੜੀ ਦਾ ਜਨਮ ਦਿਨ ਸੀਗਾ ਅਤੇ ਸਾਨੂੰ ਨਹੀਂ ਪਤਾ ਲੱਗਾ ਕਿਹੜੀ ਵੇਲੇ ਪਾਸਪੋਰਟ ਸਾਡਾ ਕੱਢ ਕੇ ਸਾਰਾ ਪਰਸ ਲੈ ਗਏ। ਸੂਟ ਦੇਖੇ ਉਹਨੂੰ 5-7, ਅਸੀਂ ਕਿਹਾ ਖੈਰ ਸੂਟ ਦੇਖਦੇ ਆਇਆ, ਸੂਟ ਉਹਨਾਂ ਨੂੰ ਮੁੰਡਾ ਦਿਖਾ ਲਈ ਗਿਆ। ਉਹਨੇ ਸਾਨੂੰ ਅੱਖੀ ਘੱਟਾ ਪਾ ਕੇ ਪਤਾ ਨਹੀਂ ਕਿੱਦਾਂ, ਕਿਹਦੇ ਮੈਂ ਬਹੁਤ ਬਾਜ਼ਾਰ ਘੁੰਮੀ ਆ, ਇੱਕ ਮੁੰਡਾ ਮੈਨੂੰ ਟੱਕਰਿਆ ਵਿਚਾਰਾ ਦਾ ਭਲਾ ਹੋਵੇ, ਉਹ ਮੈਨੂੰ ਇੱਥੇ ਛੱਡ ਕੇ ਗਿਆ। ਕਿੰਨੇ ਪੈਸੇ ਕੱਢੇ ਤੁਹਾਡੇ? ਪੈਸੇ ਸਾਡੇ ਤਾਂ 12,000 ਰੁਪਇਆ ਸੀਗਾ, ATM ਵੀ ਸੀਗੇ ਸਾਡੇ। ਹਾਂ ਉਹਨਾਂ ਕੋਲ ਨਿਕਲ ਗਿਆ, ਹਾਂ ਜੀ ਦੇਖੋ ਪਰਸ ਵੀ ਦੇ ਗਈਆਂ, ਹਾਂਜੀ ਪਰਸ ਕੈਦ ਕਰ ਲਿਆ, ATM ਵੀ ਸਾਡੇ ਨਿਕਲਿਆ ਜੀ, ਬੰਦਿਆਂ ਦੇ ਸਾਹਮਣੇ ਪਰਸ ਬਰਾਮਦ ਕੀਤਾ। ਹਾਂਜੀ ਬਚਨ ਵੀ ਜਿਹੜੀ ਲੜਕੀਆਂ ਤੋਂ ਫੜੀਆਂ ਕੀ ਮਾਮਲਾ ਸੀਗਾ? ਮਾਮਲਾ ਇਹ ਸੀ, ਮੇਰੇ ਕੋਲ ਦੁਕਾਨ 'ਤੇ ਆਈਆਂ ਸੂਟ ਦੇਖਣ। ਅੱਛਾ ਜੀ। ਇਹ ਮੇਰੇ ਸਿਸਟਰ ਬਣੇ ਹੋਏ ਆ, ਪਿੱਛੋਂ ਹੈਗੇ ਰਸੂਲਪੁਰ ਦੇ, ਮੇਰੇ ਕੋਲ ਕੱਪੜਾ ਕੁਪੜਾ ਲੈ ਜਾਂਦੇ ਅੱਗੇ। ਅੱਛਾ ਜੀ। ਅੱਜ ਕੱਪੜਾ ਲੈਣਾ ਸੀ, ਇਹਨਾਂ ਦਾ ਬਰਥਡੇ ਸੀਗਾ, ਮੰਮੀ ਨੇ ਸੂਟ ਗਿਫਟ ਕਰਨਾ ਸੀ ਇਹਨਾਂ ਦੀ ਜੀ, ਅਤੇ ਉਹ ਦੋ ਕੁੜੀਆਂ ਆਈਆਂ, ਇਹਨਾਂ ਦਾ ਪਰਸ ਖੋਲਿਆ, ਪਰਸ 'ਚੋਂ ਪਰਸ ਕੱਢ ਲਿਆ। ਅੱਛਾ ਜੀ। ਪਰਸ ਕੱਢ ਕੇ ਨਿਕਲ ਗਈਆਂ। ਬਾਅਦ 'ਚ ਉਹਨਾਂ ਨੂੰ ਕੋਈ ਫੋਨ ਦਾ ਯਾਦ ਆ ਜਾਂ ਕਰਨਾ ਸੀ ਕਿਤੇ ਫੋਨ ਦਾ ਯਾਦ ਆ, ਦੇਖਿਆ ਤਾਂ ਪਰਸ 'ਚ ਪਰਸ ਹੈ ਨਹੀਂ ਸੀਗਾ। ਅਸੀਂ ਉਹਦੇ ਐਕਟਿਵਾ ਭਜਾ ਲਈ ਆ, ਮਗਰ ਆ ਕੇ ਤਾਂ ਅਸੀਂ ਪਕੜ ਨਹੀਂ ਆਉਂਦੇ। ਸਮਾਨ ਰਿਕਵਰ ਹੋ ਗਿਆ ਸਾਰਾ? ਮੌਕੇ 'ਤੇ ਬਰਾਮਦ ਕਰ ਲਿਆ, ਪਰਸ ਬਰਾਮਦ ਕਰ ਲਿਆ।